वेलकम बैक, ब्रेक तो बाद एक बार फिर थोड़ा स्वागत है डेली डोज। तुसी देख रहे हो ते अज गल हो रही है जी उड़े आड़े दी, यानी कि उड़ा आड़ा फिल्म दी स्टार कास्ट दे नाल साडी अज गल बात हो रही है। ते असी थोड़े तो अगला सवाल ए जानना चाहवांगे कि एक्चुअली एक गीत थोड़ा आया सीगा गीत दे वर्गी और सारियां कुड़ियां दा मेरे ख्याल फेवरेट सॉन्ग आ, सो एक बार तुसी जरूर सुना दियो, बिकॉज मैनू इस ऑफिस तो स्पेशल फरमाइश आई है कि गाना सुनना जरूर है। सुना देने जी मेरे लई तू गीत दे वर्गी है, एक सुचे जे संगीत दे वर्गी है, पर खून च अड़बाई किदां ठीक करा, या दस कोई नुस्खा के ठंडा ठार हो जे, किथे रखदा तैनू कढ के दिल यारा, जिस नाल जाहिर तैनू मेरा प्यार होवे, किथे रखदा तैनू कढ के दिल यारा, जिस नाल जाहिर तैनू मेरा प्यार होवे, किथे रखदा। क्या बात है, मैनू लगता है कि नो डाउट गाना जिहड़ा है वो सारे नू बहुत पसंद आ, पर जिस लहजे दे नाल इस वक्त मैं सुनिया ना, मतलब एक टाइम दे लई तां वक्त जिहड़ा वो खड़ गया, बिकॉज इन्ना ठहराव और शब्दावली और खास तौर पर जिस लहजे दे विच तुसीं ये गाया, थैंक यू सो मच। तरसेम जसर अपने आप दे विच एक कंप्लीट परसनैलिटी है व्यूअर्स दे लई, थोड़े फैनस दे लई, पर तुसीं अपने आप नूं इस नाम दे नाल किवें डिफाइन करोगे? जिहड़े मैनूं इह सारियां मैं कह सकदा मैनूं रुतबा मिलिया, जो मैनूं इह एक डेजिग्नेशन मिले आ, चाहे मैं राइटर का मिले, लिरिसिस्ट का मिले, एक्टर का मिले, वो सारिया चीज़ा उन्हां लई मैं कह सकदा मैं खुशकिस्मत हाँ, मैं शुक्रगुजार हाँ, पर मैं अपने आप में एक उही यारां दा यार, एक यार दोस्त, एक यार बेलियां दे विच बैठने वाला मुंडा, ਮੈਨੂੰ ਉਹ ਆਪਣੇ ਆਪ ਨੂੰ ਮੈਂ ਉਹੀ ਡਿਫਾਈਨ ਕਰਨਾ ਚਾਹੂੰਗਾ, ਮੈਂ ਉਹ 'ਚ ਖੁਸ਼ ਹਾਂ ਜੀ। ਅੱਛਾ, ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਤਰਸੇਮ ਜੀ ਤੁਹਾਡੇ 'ਚ ਤਾਂ ਲਾਈਕ ਸਟ੍ਰਿਕਟਨੈਸ ਬਹੁਤ ਲੱਗਦੀ ਹੈ ਦੇਖਣ ਦੇ ਵਿੱਚ? ਉਹ ਹੈਗੀ ਵੀ ਹੈ ਜੀ, ਕਈ ਗੱਲਾਂ ਨੂੰ ਹੈ ਵੀ ਨਹੀਂ, ਮੈਂ ਮਤਲਬ ਇੱਕ ਹੀ ਗੱਲ ਕਹਿਣਾ ਹੁੰਦਾ ਮੈਂ ਵੀ ਚੰਗਿਆਂ ਨੂੰ ਮਿਲੀਦਾ ਹੈ ਹੰਬਲ ਹੋ ਕੇ ਜੀ, ਲੜੂ ਨੂੰ ਪਛਾਣ ਲਈਏ ਦੂਰੋਂ ਅੱਖ ਤੋਂ ਜੀ, ਜਿਹੋ ਜਿਹਾ ਵਤੀਰਾ ਸਾਡੇ ਨਾਲ ਕਰੇਗਾ ਉਹੋ ਜਿਹਾ ਹੀ ਮਿਲੂ ਤੈਨੂੰ ਸਾਡੇ ਪੱਖ ਤੋਂ। ਕੀ ਬਾਤ ਹੈ, ਮਤਲਬ ਇਹ ਕੁਦਰਤੀ ਸੁਭਾਅ ਹੁੰਦਾ ਜੀ, ਜਿਹੜੀਆਂ ਚੀਜ਼ਾਂ ਤੋਂ ਮੈਨੂੰ ਐਲਰਜੀ ਆ, ਮਤਲਬ ਜੇ ਕੋਈ ਬੰਦਾ ਆ ਕੇ ਬਿਨਾਂ ਗੱਲੋਂ ਫੁਕਰੀਆਂ ਜਾਂ ਮਾਰੀ ਜਾਵੇ ਫਿਰ ਚਾਹੇ ਉਹ ਕਿੰਨਾ ਵੀ ਘੈਂਟ ਹੋਵੇ ਜੀ, ਤੇ ਜੇ ਕੋਈ ਬੰਦਾ ਆ ਕੇ ਸਾਦਗੀ ਨਾ ਮਿਲਦਾ ਫਿਰ ਚਾਹੇ ਉਹ ਕੁਛ ਵੀ ਹੋਵੇ ਉਹਦੇ ਨਾਲ ਪਿਆਰ ਹੋਊਗਾ, ਤੇ ਮਤਲਬ ਜੇ ਕੋਈ ਬੰਦਾ ਬਿਨਾਂ ਗੱਲੋਂ ਉਹ ਮੈਨੂੰ ਨਹੀਂ ਵਧੀਆ ਲੱਗਦੀ, ਉੱਥੇ ਸਖਤ ਵੀ ਹੈਗੇ ਆ, ਯਾਨੀ ਕਿ ਜਿਹੜੀ ਜ਼ਿੰਦਗੀ ਦੀ ਸੱਚਾਈ ਹੈ ਉਹ ਹੀ ਪਸੰਦ ਹੈ। ਹਾਂਜੀ ਹਾਂਜੀ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜੀਆਂ ਚੀਜ਼ਾਂ ਨੇ ਜੀ ਇਹ ਮੈਟਰ ਨਹੀਂ ਕਰਦੀਆਂ, ਤੁਹਾਡੇ ਕੋਲ ਗੱਡੀ ਕਿਹੜੀ ਆ ਇਹ ਮੈਟਰ ਨਹੀਂ ਕਰਦੀ, ਤੁਹਾਡੇ ਕੱਪੜੇ ਕਿੰਨੇ ਕੁ ਮਹਿੰਗੇ ਆ ਸਸਤੇ ਪਏ ਆ ਮੈਟਰ ਨਹੀਂ ਕਰਦਾ, ਗੱਲ ਇਹ ਆ ਵੀ ਤੁਹਾਡਾ ਜੇ ਕੋਈ ਦੋਸਤ ਆ ਉਹ ਤੁਹਾਡਾ ਕਿੰਨਾ ਪਿਆਰ ਕਰਦਾ ਤਾਂ ਇੱਥੇ ਗੱਲ ਮੁੱਕੀ, ਫਿਰ ਚਾਹੇ ਉਹ ਸਾਈਕਲ ਤੇ ਆਉਂਦਾ ਚਾਹੇ ਉਹ ਗੱਡੀ ਤੇ ਆਉਂਦਾ ਜੀ, ਕੋਈ ਫਰਕ ਨਹੀਂ ਪੈਂਦਾ। ਓਕੇ, ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਫਿਲਮ ਬਾਰੇ ਕੁਝ ਕਹਿਣਾ ਚਾਹੋ ਜਾਂ ਕੋਈ ਮੈਸੇਜ ਦੇਣਾ ਚਾਹੋ? ਮੈਸੇਜ ਤਾਂ ਕੋਈ ਨਹੀਂ ਜੀ, ਅਪੀਲ ਆ ਸਾਡੇ ਵੱਲੋਂ ਤਾਂ, ਤੇ ਦੋ ਤਰ੍ਹਾਂ ਦੀ ਅਪੀਲ ਕਰੂੰਗਾ ਜੀ। ਪਹਿਲੀ ਕਮਰਸ਼ੀਅਲ ਕਰੂੰਗਾ, ਉਹ ਇਹ ਆ ਵੀ ਤੁਸੀਂ ਜਾਓਗੇ, ਫਿਲਮ ਆ ਇੱਕ, ਤੁਸੀਂ ਟ੍ਰੇਲਰ ਦੇਖੋ, ਜੇ ਤੁਹਾਨੂੰ ਟ੍ਰੇਲਰ ਵਧੀਆ ਲੱਗਦਾ ਤਾਂ ਜ਼ਰੂਰ ਫਿਲਮ ਦੇਖਿਓ। ਮੈਨੂੰ ਪਤਾ ਵੀ ਜਿਹੜੇ ਓਵਰਸੀਜ਼ ਦੇ ਵਿੱਚ ਪੰਜਾਬੀ ਬੈਠੇ ਆ ਆਲਰੇਡੀ ਤੁਸੀਂ ਸਿਨੇਮੇ ਦੀ ਬਹੁਤ ਸਪੋਰਟ ਕਰ ਰਹੇ ਹੋ, ਪਰ ਇਹ ਤੁਸੀਂ ਆਪਣੇ ਇੰਜੋਇਮੈਂਟ ਲਈ ਜਾਇਓ, ਤੁਸੀਂ 2 ਘੰਟੇ ਪੂਰਾ ਆਨੰਦ ਮਾਣੋਗੇ, ਵਧੀਆ ਵਧੀਆ ਆਰਟਿਸਟ ਨੇ, ਪੂਰੀ ਕਾਮੇਡੀ ਵੀ ਹੈ, ਬਹੁਤ ਚੀਜ਼ਾਂ ਵਧੀਆ। ਹੁਣ ਦੂਸਰੀ ਅਪੀਲ ਜੀ, ਦੂਸਰੀ ਤਰ੍ਹਾਂ ਨਾਲ ਉਹ ਇਹ ਆ ਜੀ, ਮੈਂ ਆਪਣੇ ਦਿਲੋਂ ਅਪੀਲ ਕਰਦਾ, ਪਹਿਲੀ ਜਿਹੜੀ ਅਪੀਲ ਸੀ ਉਹ ਕਮਰਸ਼ੀਅਲ ਅਪੀਲ ਸੀ, ਤੁਸੀਂ ਜਾਓਗੇ ਇੰਜੋਏ ਕਰੋਗੇ। ਦੂਸਰੀ ਅਪੀਲ ਮੈਂ ਸਿਰਫ ਇਹ ਕਰਦਾ ਵੀ ਆਪਣੀ ਬੋਲੀ ਨਾਲ, ਆਪਣੀ ਭਾਸ਼ਾ ਨਾਲ ਸੰਬੰਧਿਤ ਪਹਿਲੀ ਫਿਲਮ ਆ ਜਿਹੜੀ ਉਹਦੇ ਉੱਪਰ ਬਣੀ ਆ, ਇਹ ਆਪਣੇ ਸਾਰਿਆਂ ਦੀ ਫਰਜ਼ ਬਣਦਾ, ਆਪਣੀ ਰਿਸਪੋਂਸੀਬਿਲਟੀ ਬਣਦੀ ਆ, ਆਪਾਂ ਇਹਨੂੰ ਦੇਖੀਏ, ਪ੍ਰਮੋਟ ਕਰੀਏ। ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਪੰਜਾਬ ਦੇ ਵਿੱਚ ਅੱਜ ਦੇ ਟਾਈਮ 'ਚ ਦੇਖ ਰਹੇ ਹਾਂ। ਆਪਾਂ ਅਕਸਰ ਇੱਕ ਲਾਂਭਾ ਦਿੰਦੇ ਹਾਂ ਵੀ ਮੁੱਦਿਆਂ 'ਤੇ ਫਿਲਮਾਂ ਨਹੀਂ ਬਣਦੀਆਂ, ਮੁੱਦਿਆਂ 'ਤੇ ਗੀਤ ਨਹੀਂ ਆਉਂਦੇ, ਪਰ ਜਦੋਂ ਆਉਂਦੇ ਆ ਤਾਂ ਕਈ ਵਾਰ ਆਪਾਂ ਉਹਨਾਂ ਨੂੰ ਭੁੱਲ ਜਾਂਦੇ ਹਾਂ, ਤਾਂ ਕਰਕੇ ਆਪਾਂ ਸਾਰੇ ਹਮੇਸ਼ਾ ਜਿਹੜਾ ਆਪਾਂ ਝੰਡਾ ਆਪਾਂ ਚੱਕਦੇ ਹਾਂ ਵੀ ਐਂ ਹੋਣਾ ਚਾਹੀਦਾ, ਤਾਂ ਜਦੋਂ ਹੁੰਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਉਹ ਝੰਡੇ ਥੱਲੇ ਇਕੱਠੇ ਵੀ ਹੋਣਾ ਚਾਹੀਦਾ। ਇਹ ਮੇਰੀ ਅਪੀਲ ਆ ਜੀ ਸਾਰਿਆਂ ਨੂੰ, ਬਾਕੀ ਸਾਰੇ ਮੇਰੇ ਤੋਂ ਸਿਆਣੇ ਹੋ, ਸਮਝਦਾਰ ਹੋ, ਸੂਝਵਾਨ ਹੋ, ਜ਼ਰੂਰ ਦੇਖਿਓ 1 ਫਰਵਰੀ ਨੂੰ, ਆਪਣੇ ਇੰਜੋਏ ਲਈ ਵੀ ਜਾਇਓ, ਆਪਣੀ ਰਿਸਪੋਂਸੀਬਿਲਟੀ ਲਈ ਵੀ ਜਾਇਓ ਜੀ। ਥੈਂਕ ਯੂ ਸੋ ਮਚ, ਔਰ ਇਸ ਮੈਸੇਜ ਦੇ ਲਈ ਸਪੈਸ਼ਲੀ, ਬਿਕੋਜ਼ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਜਦੋਂ ਸਾਨੂੰ ਲੱਗਦਾ ਹੈ ਕਿ ਸਾਡੀ ਸਪੋਰਟ ਦੀ ਸਭ ਤੋਂ ਵੱਧ ਜਿਹੜੀ ਲੋੜ ਆ, ਕਿਤੇ ਨਾ ਕਿਤੇ ਅਸੀਂ ਜਦੋਂ ਪਿੱਛੇ ਹਟ ਜਾਂਦੇ ਹਾਂ, ਫਿਰ ਉਹ ਜਿਹੜੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਨੇ, ਚੰਗਾ ਗੀਤ ਸੰਗੀਤ ਹੋਵੇ ਜਾਂ ਕੋਈ ਚੰਗੀ ਫਿਲਮ ਹੋਵੇ, ਉਹ ਅੱਖੋਂ ਪਰੋਖੇ ਹੋ ਜਾਂਦੀ ਆ।
ਪਰ ਸਰ ਤੁਸੀਂ ਅੱਜ ਸਾਡੇ ਨਾਲ ਇਸ ਫਿਲਮ ਬਾਰੇ ਗੱਲਬਾਤ ਕੀਤੀ, ਆਪਣੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡੇਲੀ ਡੋਜ਼ ਵਿੱਚ ਆਉਣ ਲਈ। ਔਰ ਅਸੀਂ ਚਾਹਾਂਗੇ ਕਿ ਤੁਸੀਂ ਦੁਬਾਰਾ ਫਿਰ ਜਲਦੀ ਆਓ। ਬਿਲਕੁਲ, ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ।